ਚੀਜ਼ ਵਿੱਚ ਕੋਈ ਐਬ ਆਇਆ, ਸ਼ਿਕਾਇਤ ਤੇਰੀ ਆਪਣੀ ਹੋਣੀ ਹੈ, ਸਾਡਾ ਕੁਝ ਨਹੀਂ ਨੁਕਸਾਨ ਹੋ। ਅੱਗੇ ਫੈਣ ਹੁਸੈਨ ਦੀ ਖੁਸ਼ ਰਹਿੰਦੀ। ਸੰਗਤ ਚੰਗੀ ਜਿੱਥੇ ਭੈਣ ਬੁਰਾ ਵਧੀ ਠਾਠੇ, ਇੱਕ ਯਾਦ ਆ ਉਸ ਰੋਜ਼ਾ ਨਾਨੇ ਦਾ, ਤਕਦੀਰ ਬੁਲਾਇਆ ਆਪ ਖਲੀ ਕੰਡ ਸਿਜਣੇ ਦੀ ਵੀਰਣ ਦੀ, ਅੱਲਾ ਪਾਕ ਮੁਹਾਫਿਲ ਆਪ ਜੇ ਬਿਖੜਿਆ ਕੂਜ ਇੱਕ ਦਾਰ ਵਿੱਚੋਂ, ਗੱਤ ਦੇ ਹਾ ਕੁਰਲਾਟੇ ਪਰ ਜਿਗਰ ਰਸੂਲ ਦਾ ਟੁਕੜਾ ਦਿੱਤੀ ਵੱਲ ਵੱਲ ਦਿਲ ਨੂੰ ਡਾਟੇ ਰੱਬਨਾ ਹੁਸੈਨੋ ਕਮਕ ਤੂਨ ਵਾ ਨਸਲੋ ਕਜ਼ਾ। ਅੱਲਾ ਨਾਲ ਤਾਲੁਕ ਹੋਵੇ, ਮੌਤ ਅੱਖੀ ਦੇ ਸਾਹਮਣੇ ਆਈ ਖਲੀਏ ਤਾਂ ਵੀ ਚੇਤਾ ਉਸਦਾ ਨਹੀਂ ਭੁੱਲਦਾ। ਅੱਜ ਵੀ ਬੰਦਾ ਇਲਾਜ ਕਰੇ ਤੇ ਮੌਲਵੀ ਤਬਕਾ ਖਾਸ ਤੌਰ ਤੇ ਇਲਾਜ ਕਰੇ। ਅੱਲਾਹ ਅੱਲਾਹ ਹੁਣ ਤੂੰ ਪੁੱਛੇ ਜੋ ਅੱਲਾ ਨਾਲ ਤਾਲੁਕ ਕਿਵੇਂ ਬਣਦਾ ਦੱਸਾਂ ਸੱਚੀ ਗੱਲ। ਗੱਲ ਸਾਰੀ ਅੱਲਾ ਕਰੀਮ ਫਰਮਾਂਦਾ ਤੇਰੇ ਮੇਰੇ ਤਾਲੁਕਾਤ ਇੰਜ ਬਣਨੇ, ਫੈਸਲਾ ਮੇਰਾ ਹੋਵੇ ਤੇ ਹੌਸਲਾ ਤੇਰਾ ਹੋਵੇ। ਜੋ ਪਤਾ ਲੱਗੇ ਕਿ ਅੱਲਾ ਪਾਕ ਨੇ ਫੈਸਲਾ ਕਰ ਦਿੱਤਾ ਹੈ ਮੇਰੀ ਕਿਸਮਤ ਦਾ, ਮੇਰੀ ਦੁਨੀਆ ਦਾ, ਮੇਰੇ ਮਰਨੇ ਦਾ, ਮੇਰੇ ਪਰਣੇ ਦਾ, ਮੇਰੀ ਸ਼ਾਦੀ ਦਾ, ਮੇਰੀ ਗਮੀ ਦਾ, ਅੱਲਾ ਪਾਕ ਦਾ ਫੈਸਲਾ ਜੇ ਆਵੇ ਤਾਂ ਹੌਸਲਾ ਚ ਕਰੇ। ਅੱਲਾ ਤੇ ਤੇਰੇ ਤਾਲੁਕਾਤ ਬੜੇ ਦਾਇਮ ਕਾਇਮ ਹੋ ਵਜਣੇ। ਜੇ ਖੁਦਾਵੰਦ ਕੁਦੂਸ ਦਾ ਫੈਸਲਾ ਸੁਣ ਕੇ ਹੌਸਲਾ ਨਾ ਕੀਤੋ ਹੀ ਬਜ ਪਿਓ ਸੱਜੇ।